जवन मेरी आवाज आ रही है? हाँ जी सर, आ रही है, आ रही। जवन पहला तो तुहानू बहुत बहुत बधाइयां, तुहानू वीजा जरा लग गया। पहला मैनू बस ये दसो कि इंटरव्यू तुहाडा होया की, कुछ सवाल केड़े केड़े पूछे गए अजकल, की तुहानू पूछा है ये पता करना तुहानू। थैंक यू सर। सर एक्चुअली क्वेश्चन मेरे रिलेटेड सी, ये मेरी वाइफ दे रिलेटेड सी, मेरी वाइफ दे रिलेटेड सी है। ते बाकी सर कुछ उन्होंने फोटोग्राफ चेक कीती हैं या ते बस यही कुछ ही। ਇੰਨੇ ਇੰਨੇ ਛੋਟੇ ਛੋਟੇ ਜਿਹੜੇ ਅਗਰ ਡਾਊਟ ਕਲੀਅਰ ਕਰਨੇ ਸੀ ਤਾਂ ਉਹਦਾ ਉਦਾਂ ਉਦਾਂ ਵੀ ਕਰ ਸਕਦੇ ਸੀ, ਡਾਕੂਮੈਂਟ ਮੰਗਾ ਕੇ। ਇੰਟਰਵਿਊ ਦੀ ਕੀ ਲੋੜ ਪੈ ਗਈ? ਕੈਨ ਯੂ ਰਿਮੈਂਬਰ? ਮੇਰੇ ਕੋਲ ਸਵਾਲ ਦੱਸੋ, ਜਿਹੜੇ ਐਕਚੁਅਲ ਸਵਾਲ ਬੋਲੋ ਜ਼ਰਾ। ਹਾਂਜੀ ਸਰ, ਉਹਨਾਂ ਨੇ ਸਰ ਸਭ ਤੋਂ ਪਹਿਲਾਂ ਮੈਨੂੰ ਇਹ ਪੁੱਛਿਆ ਸੀਗਾ ਕਿ ਤੁਸੀਂ ਆਪਣਾ ਵੀ ਪਹਿਲਾਂ ਕੈਨੇਡਾ ਅਪਲਾਈ ਕੀਤਾ, ਤੇ ਮੈਂ ਕਿਹਾ ਵੀ ਨਹੀਂ ਕੀਤਾ। ਫਿਰ ਉਹ ਮੈਨੂੰ ਕਹਿੰਦੇ ਕਿ ਤੁਹਾਡਾ ਕੈਨੇਡਾ ਕੌਣ ਰਹਿੰਦਾ ਹੈ, ਤੇ ਮੈਂ ਕਿਹਾ ਕੋਈ ਵੀ ਨਹੀਂ ਰਹਿੰਦਾ। ਮੈਂ ਕਿਹਾ ਕੋਈ ਨਹੀਂ ਰਹਿੰਦਾ। ਫਿਰ ਕਹਿੰਦੇ ਤੁਹਾਡੇ ਕੋਈ ਰਿਲੇਟਿਵ ਹੈਗੇ ਕੈਨੇਡਾ? ਮੈਂ ਕਿਹਾ ਨਹੀਂ। ਫਿਰ ਕਹਿੰਦੇ ਫਿਰ ਤੁਹਾਡਾ ਕੈਨੇਡਾ ਕੌਣ ਰਹਿੰਦਾ? ਮੈਂ ਕਿਹਾ ਮੇਰੇ ਵਾਈਫ ਰਹਿੰਦੇ ਆ ਤੇ ਮੇਰੇ ਕੁਛ ਫਰੈਂਡ ਆ। ਅੱਛਾ, ਤੇ ਫਿਰ ਉਹ ਪੁੱਛਣ ਲੱਗ ਗਏ, ਫਿਰ ਕਹਿੰਦੇ ਕਿ ਇੰਪਲੋਇਮੈਂਟ ਲੈਟਰ ਦਿਖਾਓ। ਫਿਰ ਮੈਂ ਇੰਪਲੋਇਮੈਂਟ ਲੈਟਰ ਦਿਖਾਈ, ਕਹਿੰਦੇ ਕਿਹੜੀ ਜਗ੍ਹਾ ਕੰਮ ਕਰਦੇ ਹੋ ਮੈਨੂੰ ਦੱਸੋ। ਵਾਈਫ ਇੰਪਲੋਇਮੈਂਟ, ਵਾਈਫ ਦਾ ਇੰਪਲੋਇਮੈਂਟ ਲੈਟਰ। ਹਾਂਜੀ, ਵਾਈਫ ਦਾ ਇੰਪਲੋਇਮੈਂਟ ਲੈਟਰ। ਵਾਈਫ, ਓਕੇ। ਫਿਰ ਮੈਂ ਸਰ ਅੱਛਾ, ਉਹ ਫਿਰ ਉਹ ਦੱਸਿਆ ਸੀਗਾ ਉਹਨਾਂ ਨੂੰ, ਮੈਂ ਕਿਹਾ ਵੀ ਆਹ ਹੈ ਆਪਣੇ ਕੋਲੇ। ਫਿਰ ਮੈਨੂੰ ਦੱਸਿਆ, ਮੈਂ ਕਿਹਾ ਮੇਰੇ ਕੋਲੇ ਦੋ, ਮੈਂ ਕਿਹਾ ਮੇਰੇ ਕੋਲੇ ਦੋ ਆ ਇੰਪਲੋਇਮੈਂਟ ਲੈਟਰ, ਇੱਕ ਤਾਂ ਅਲੱਗ ਓਨਰ ਦੀ ਹੈ, ਦੂਜੀ ਜਿਹੜੀ ਉਹ ਅਲੱਗ ਓਨਰ ਦੀ ਹੈ, ਕਿਉਂਕਿ ਉਹਨਾਂ ਨੇ ਵਿੱਚ ਉਹਨਾਂ ਨੇ ਆਪਣਾ ਰੈਸਟੋਰੈਂਟ ਵੇਚ ਦਿੱਤਾ ਸੀ। ਫਿਰ ਉਹ ਕਹਿੰਦੇ ਠੀਕ ਕੋਈ ਹੈ। ਗੱਲ ਨਹੀਂ, ਦੋਨੋਂ ਦਿਖਾ ਦਿਓ। ਫਿਰ ਮੈਂ ਦੋਨੋਂ ਦਿਖਾਈਆਂ ਉਹਨਾਂ ਨੂੰ, ਤੇ ਫਿਰ ਮੈਨੂੰ ਕਹਿੰਦੇ ਉਹਨਾਂ ਦੇ ਓਨਰ ਦਾ ਨਾਮ ਪੁੱਛ ਲਿਆ ਕੀ ਸੀ। ਫਿਰ ਮੈਂ ਉਹ ਦੱਸਿਆ, ਮੈਂ ਕਿਹਾ ਪਹਿਲੇ ਦਾ ਆ ਸੀ, ਦੂਜੇ ਦਾ ਆ ਨਾਮ ਆ। ਤੇ ਫਿਰ ਉਸ ਤੋਂ ਬਾਅਦ ਮੈਨੂੰ ਕਹਿੰਦੇ ਕਿ ਤੁਸੀਂ ਆਪਣਾ ਪੇ ਸਟੱਬ ਦਿਖਾਓ। ਫਿਰ ਮੈਂ ਪੇ ਸਟੱਬ ਦਿਖਾਇਆ ਉਹਨਾਂ ਨੂੰ। ਠੀਕ ਹੈ। ਹਾਂਜੀ, ਪੇ ਸਟੱਬ ਦੇਖੇ ਉਹਨਾਂ ਨੇ। ਫਿਰ ਇੱਦਾਂ ਫਿਰ ਪੁੱਛਣ ਲੱਗ ਪਏ, ਕਹਿੰਦੇ ਕਿੱਥੇ ਰਹਿੰਦੇ ਕੈਨੇਡਾ? ਮੈਂ ਕਿਹਾ ਆਹ ਜਗ੍ਹਾ 'ਤੇ ਰਹਿੰਦੇ। ਫਿਰ ਉਹਨਾਂ ਨੇ ਪੁੱਛਿਆ ਕਿ ਕਿੱਥੇ ਕੰਮ ਕਿੱਥੇ ਕਰਦੇ? ਫਿਰ ਮੈਂ ਕਿਹਾ ਉਹ ਵਾਈਲਡ ਵਿੰਗ ਵਿੱਚ ਕੰਮ ਕਰਦੇ। ਕਹਿੰਦੇ ਵਾਈਲਡ ਵਿੰਗ ਕੀ ਹੈ? ਫਿਰ ਮੈਂ ਦੱਸਿਆ, ਮੈਂ ਕਿਹਾ ਉਹ ਇੱਕ, ਮੈਂ ਕਿਹਾ ਇੱਕ ਰੈਸਟੋਰੈਂਟ ਆ, ਤੇ ਉਹਦੇ 'ਤੇ ਐਸਾ ਸ਼ੈਫ ਕੰਮ ਕਰਦੇ ਆ। ਕਹਿੰਦੇ ਠੀਕ ਆ। ਫਿਰ ਉਸ ਤੋਂ ਬਾਅਦ ਉਹ ਮੈਨੂੰ ਪੁੱਛਣ ਲੱਗ ਗਏ ਕਿ ਤੁਸੀਂ ਉਹ ਜਗ੍ਹਾ ਦਾ ਜਗ੍ਹਾ ਕਿਹੜੀ ਜਗ੍ਹਾ 'ਤੇ, ਨਾਮ ਮਤਲਬ ਉਹਦਾ ਐਡਰੈਸ ਕੀ ਜਗ੍ਹਾ ਦਾ। ਫਿਰ ਮੈਂ ਜਗ੍ਹਾ ਦਾ ਐਡਰੈਸ ਵੀ ਦੱਸਿਆ ਉਹਨਾਂ ਨੂੰ, ਤੇ ਫਿਰ ਜਗ੍ਹਾ ਦਾ ਐਡਰੈਸ ਦੱਸਿਆ। ਤੇ ਫਿਰ ਉਸ ਤੋਂ ਬਾਅਦ ਮੈਨੂੰ ਕਹਿੰਦੇ ਤੁਹਾਡੇ ਕੋਲ ਕੁਛ ਫੋਟੋਗ੍ਰਾਫਸ ਹੈਗੀਆਂ? ਫਿਰ ਮੈਂ ਫੋਟੋਗ੍ਰਾਫਸ ਦਿਖਾਈਆਂ ਉਹਨਾਂ ਨੂੰ। ਹਾਂਜੀ, ਬਸ ਇੰਨਾ ਹੀ ਹੋਰ ਖਤਮ ਹੋ ਗਿਆ ਇੰਟਰਵਿਊ ਬਸ। ਸਰ 20 ਮਿੰਟ ਹੀ ਚੱਲੀ, ਜ਼ਿਆਦਾ ਨਹੀਂ ਚੱਲੀ। ਤੇ ਮੇਰੇ ਕੋਲ ਫੋਟੋਗ੍ਰਾਫਸ ਮੰਗੀਆਂ ਉਹਨਾਂ ਨੇ, ਮੈਂ ਫੋਟੋਗ੍ਰਾਫਸ ਦਿਖਾਈਆਂ ਉਹਨਾਂ ਨੂੰ, ਮੇਰੀ ਇੰਗੇਜਮੈਂਟ ਦੀਆਂ ਫੋਟੋਗ੍ਰਾਫਸ 2016 ਦੀਆਂ। ਫਿਰ ਉਸ ਤੋਂ ਬਾਅਦ ਸਰ ਉਹ ਮੈਨੂੰ ਕਹਿੰਦੇ ਆਫਟਰ ਮੈਰਿਜ ਫੋਟੋ ਦਿਖਾਓ, ਉਹ ਦਿਖਾਈਆਂ ਮੈਂ, ਤੇ ਸਾਰੀਆਂ ਫੋਟੋਜ਼ ਵਗੈਰਾ। ਫਿਰ ਮੈਂ ਇਹਨਾਂ ਨੂੰ ਸਾਰੀ ਮਤਲਬ ਫਿਰ ਐਲਬਮ, ਉਹਨਾਂ ਨੇ ਮੈਨੂੰ ਕਹਿੰਦੇ ਵੀ ਤੁਹਾਡੇ ਕੋਲ ਵਿਆਹ ਦੀਆਂ ਸੈਰੀਮਨੀਜ਼ ਦੀਆਂ ਪਿਕਚਰ ਹੈਗੀਆਂ? ਮੈਂ ਕਿਹਾ ਹਾਂਜੀ। ਫਿਰ ਮੈਂ ਐਲਬਮ ਦਿਖਾਈ ਉਹਨਾਂ ਨੂੰ, ਸਰ ਫਿਰ ਉਹਨਾਂ ਨੇ ਐਲਬਮ ਵੀ ਦੇਖੀ, ਤੇ ਉਹਦੇ ਵਿੱਚ ਮੈਨੂੰ ਰੈਂਡਮਲੀ ਕੁਐਸਚਨ ਕੀਤੇ, ਇਹ ਬੰਦਾ ਕੌਣ ਹੈ, ਇਹ ਕੌਣ ਹੈ? ਫਿਰ ਮੈਂ ਦੱਸਿਆ ਸਾਰਾ ਵੀ ਇਹ ਸਾਡੇ ਇੱਦਾਂ ਨੇ ਇੱਦਾਂ ਨੇ। ਤੇ ਫਿਰ ਕਹਿੰਦੇ ਕਿੰਨੇ, ਫਿਰ ਪੁੱਛਣ ਲੱਗੇ ਕਿੰਨੇ ਕੁ ਬੰਦੇ ਆਏ ਸੀ ਤੁਹਾਡੀ ਮੈਰਿਜ ਤੇ? ਫਿਰ ਮੈਂ ਉਹ ਵੀ ਸਾਰਾ ਦੱਸਿਆ, ਮੈਂ ਉਹ ਵੀ ਦੱਸਿਆ ਵੀ ਇੰਨੇ ਬੰਦੇ ਆਏ ਸੀ ਮੈਰਿਜ ਤੇ, ਇੰਨੇ ਸੀ ਸ਼ਗਨ ਤੇ, ਇੰਨੇ ਸੀ। ਫਿਰ ਵਿੱਚ ਸੈਰੇਮਨੀਜ਼ ਬਾਰੇ ਪੁੱਛਣ ਲੱਗ ਗਏ, ਐਲਬਮ ਖੋਲ ਖੋਲ ਕੇ ਨਾਲ ਵੀ ਆਹ ਕਿਹੜੀ ਸੈਰੇਮਨੀ, ਆਹ ਕਿਹੜੀ ਸੈਰੇਮਨੀ। ਫਿਰ ਮੈਂ ਉਹ ਵੀ ਦੱਸਿਆ ਸਾਰਾ ਵੀ ਇਹ ਇੱਥੇ ਹੋਇਆ ਹੋਇਆ। ਤੇ ਮੈਂ ਸਰ ਲੈ ਕੇ ਗਿਆ ਸੀਗਾ 3-4 ਐਲਬਮ ਸਾਰੀਆਂ, ਮੈਂ ਉਹਨਾਂ ਨੇ ਇੱਕੋ ਹੀ ਐਲਬਮ ਦੇਖੀ ਉਹਦੇ ਵਿੱਚੋਂ। ਪਰ ਹੈਲੋ, ਠੀਕ ਹੈ। ਹਾਂਜੀ, ਤੁਹਾਡੀ ਕੰਟਰੀ ਜਾਓ, ਫੋਟੋ ਫੋਟੋ ਕੱਟ ਕੇ ਆਵਾਜ਼ ਆ ਗਈ। ਹਾਂ, ਸੋ ਚਲੋ, ਬਹੁਤ ਵਧੀਆ, ਬਹੁਤ ਵਧੀਆ ਲੱਗਿਆ, ਤੁਹਾਡਾ ਕੰਮ ਹੋ ਗਿਆ। ਤੁਸੀਂ ਹੁਣ, ਤੁਹਾਡੇ ਵਾਈਫ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਨੇ, ਉੱਥੇ ਕੰਮ ਕਰ ਰਹੇ ਨੇ, ਇਨ ਫਿਊਚਰ ਉਹਨਾਂ ਨੇ ਪੀਆਰ ਲਾਉਣੀ ਹੈ, ਤੁਸੀਂ ਵੀ ਪੀਆਰ ਹੋਣਾ ਹੈ, ਤੁਹਾਡੀ ਲੋਟਰੀ, ਤੁਹਾਡੀ ਜ਼ਿੰਦਗੀ ਤਬਦੀਲ ਹੋ ਗਈ ਇਸ ਤੋਂ। ਤੇ ਬਹੁਤ ਬਹੁਤ ਤੁਹਾਨੂੰ ਵਧਾਈਆਂ, ਮੇਰੇ ਵੱਲੋਂ ਬੈਸਟ ਵਿਸ਼ਸ। ਤੇ ਇੱਕ ਗੱਲ ਮੈਨੂੰ ਪੁੱਛਣੀ ਸੀ ਕਿ ਜਿਹੜੇ ਪਹਿਲਾਂ ਕੁਛ ਲੋਕ ਕਹਿ ਰਹੇ ਸੀ ਕਿ ਇੱਕ ਸਾਊਥ ਇੰਡੀਅਨ ਉੱਥੇ ਲੇਡੀ ਹੈ ਜਿਹੜੇ ਲੋਕਾਂ ਨੂੰ ਵੀਜ਼ਾ ਨਹੀਂ ਦਿੰਦੀ, ਤੁਹਾਡੇ ਤੁਹਾਨੂੰ ਕੌਣ ਸੀ ਵੀਜ਼ਾ ਅਫਸਰ, ਕੋਈ ਨਵਾਂ ਆਇਆ ਕੋਈ ਉਹੀ ਸੀ ਸਾਊਥ ਇੰਡੀਅਨ?
ਨਹੀਂ ਸਰ, ਉਹਦੇ ਬਾਰੇ ਮੈਂ ਵੀ ਸੁਣਿਆ ਕਾਫੀ ਉੱਥੇ, ਉਹਦੇ ਤੇ ਉੱਥੇ ਬਾਹਰ ਇੱਕ ਬੈਗਰ ਸੀਗਾ, ਉਹ ਹੀ ਦੱਸ ਰਿਹਾ ਸੀ, ਉਹਨੇ ਦੱਸੀ ਸੀ ਗੱਲ। ਬੈਗਰ ਬੈਗਰ ਦੱਸਿਆ? ਅੱਛਾ, ਓ ਮਾਈ ਗੋਡ, ਅੱਛਾ। ਹਾਂ ਮੇਰੇ ਕੋਲ ਸਰ ਉਹਦੀ ਰਿਕਾਰਡਿੰਗ ਵੀ ਪਈ ਆ। ਉਹ ਗਾਣਾ ਕੱਢ ਰਹੀ ਸੀ ਲੇਡੀ, ਉਹਨੂੰ ਉਹ ਵੀਜ਼ਾ ਅਫਸਰ ਨੂੰ। ਤੇ ਉਹ ਸਰ ਪੁੱਛ, ਉਹਨੇ ਦੱਸਿਆ ਕਿ ਮੈਨੂੰ ਵੀ ਇੱਥੇ ਇੱਕ ਉਹ ਲੇਡੀ ਹੈ ਇੱਕ, ਉਹ ਨੀ ਕਹਿੰਦੇ ਕਿਸੇ ਨੂੰ ਵੀ ਵੀਜ਼ਾ ਦਿੰਦੀ, ਬਹੁਤ ਬਹੁਤ ਪਰੇਸ਼ਾਨ ਕਰਦੀ ਹੈ। ਤੇ ਅਸੀਂ ਸਰ 12-13 ਮੁੰਡੇ ਸੀ, ਤੇ ਮਤਲਬ 12-13 ਬੰਦੇ ਸੀ ਟੋਟਲ। ਤੇ ਉਹਨਾਂ ਦੇ ਵਿੱਚੋਂ ਸਾਡੀ ਇੱਕ ਅਸਾਮੀ ਸੀ ਵੀਜ਼ਾ ਅਫਸਰ, ਉਹਨੇ ਕੀਤੀ। ਨਹੀਂ ਸਰ ਨਹੀਂ, ਜੈਂਟ ਸੀਗਾ। ਹਾਂਜੀ ਹਾਂਜੀ, ਚਲੋ ਕੋਈ ਬਾਤ ਨਹੀਂ। ਥੈਂਕ ਯੂ ਵੈਰੀ ਮੱਚ ਫੋਰ ਯੋਰ ਇਨਪੁੱਟ, ਲੋਕਾਂ ਨੂੰ ਜ਼ਰੂਰ ਫਾਇਦਾ ਹੋਏਗਾ। ਐਕਚੁਲੀ ਤੁਹਾਡਾ ਕੇਸ ਇੰਨਾ ਜ਼ਿਆਦਾ ਮੁਸ਼ਕਿਲ, ਮੈਂ ਨਹੀਂ ਸਮਝਦਾ ਇੰਨਾ ਜ਼ਿਆਦਾ ਮੁਸ਼ਕਿਲ ਸੀ, ਕਿਉਂਕਿ ਤੁਹਾਡੀ ਵਾਈਫ ਆਲਰੇਡੀ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਆ ਗਈ ਹੈ, ਅਤੇ ਉਹ ਜੋਬ ਵੀ ਕਰ ਰਹੀ ਹੈ, ਪੇ ਸਟੱਬਸ ਵੀ ਹੈ ਨਾਲ, ਤੁਹਾਡੇ ਜਿਹੜੇ ਫੋਟੋਗ੍ਰਾਫਰ ਆ ਵੀ ਸਾਰੇ ਹੈ। ਮੇਰੇ ਕੋਲ ਤਾਂ ਜ਼ਿਆਦਾਤਰ ਕੇਸ ਉਹ ਆਉਂਦੇ ਹੈ ਜਿਹਨਾਂ ਕੋਲ ਫੋਟੋ ਵੀ ਨਹੀਂ ਹੈ, ਜਿਹਨਾਂ ਦੀ ਮੈਰਿਜ ਵੀ ਰੀਸੈਂਟ ਹੋਈ ਹੈ, ਜਿਹਨਾਂ ਦੇ ਕੋਲ ਪੈਸਾ ਫੰਡਸ ਵੀ ਨਹੀਂ ਹੈ, ਜਿਹੜੇ ਆਲਰੇਡੀ ਰੀਸੈਂਟਲੀ ਸਟੱਡੀ ਕਰਨ ਗਏ ਹੈ, ਤੇ ਜ਼ਿਆਦਾ ਮੇਰੇ ਕੋਲ ਉਹ ਕੋਈ ਜ਼ਰੂਰ ਮੈਂ ਜ਼ਰੂਰ ਡੀਲ ਕਰਦਾ। ਲੇਕਿਨ ਤੁਹਾਡਾ ਕੇਸ ਵਾਸ ਈਜ਼ੀ ਕੇਸ, ਆਈ ਥਿੰਕ ਇਟਸ ਕੁਆਈਟ ਈਜ਼ੀ। ਸੋ ਪਰ ਐਨੀਵੇ ਸਕਸੈਸ ਤੇ ਤੁਹਾਨੂੰ ਮਿਲੀ ਹੈ, ਤੁਹਾਡਾ ਵੀਜ਼ਾ ਲੱਗਿਆ, ਤੁਸੀਂ ਹੁਣ ਜਾਓ ਕੈਨੇਡਾ, ਤੁਹਾਡੀ ਵੇਟ ਕਰ ਰਿਹਾ। ਤੇ ਟਿਕਟ ਵਗੈਰਾ ਹੋ ਗਈ ਕਿ ਨਹੀਂ? ਨਹੀਂ ਸਰ, ਅਜੇ ਨਹੀਂ ਹੋਈ, ਅਜੇ ਤਾਂ ਸਰ ਹੋਣੀ ਆ, ਅਜੇ ਕਰਾਉਣੀ ਆ ਅਜੇ। ਠੀਕ ਹੈ, ਹਲੇ ਤਾਂ ਮੇਰੇ ਕੋਲ ਪਾਸਪੋਰਟ ਵੀ ਨਹੀਂ ਆਇਆ ਹੋਗਾ, ਆ ਗਿਆ? ਨਹੀਂ ਨਹੀਂ ਸਰ, ਅਜੇ ਨਹੀਂ ਆਇਆ। ਅੱਛਾ ਅੱਛਾ, ਚਲੋ ਕੋਈ ਗੱਲ ਨਹੀਂ। ਚਲੋ ਥੈਂਕ ਯੂ ਵੈਰੀ ਮੱਚ। ਮੇਰੇ ਤੋਂ ਕੋਈ ਗੱਲ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹੋ, ਬਾਕੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਾਰੇ ਨੂੰ ਬਹੁਤ ਬਹੁਤ ਖੁਸ਼ੀਆਂ ਮੇਰੇ ਵੱਲੋਂ ਤੇ ਵਧਾਈਆਂ। ਥੈਂਕ ਯੂ ਸਰ, ਥੈਂਕ ਯੂ ਸਰ। ਉੱਥੇ ਮੁੰਡਾ ਸੀਗਾ ਇੱਕ, ਉਹਦੀ ਵਾਈਫ ਦਾ 3 ਦਿਨ ਪਹਿਲਾਂ ਵੀਜ਼ਾ ਆਇਆ ਸੀਗਾ, 3 ਦਿਨ ਮਗਰੋਂ ਮੈਰਿਜ ਹੋਈ, 3 ਦਿਨ ਮਗਰੋਂ ਮੈਰਿਜ ਹੋਈ ਸੀ। ਤੇ ਉਹ ਏਦਾਂ ਹੀ ਬੈਠਾ ਸੀ ਸਰ, ਉਹ ਗੱਲ ਕਰਨ ਡਿਆ ਸੀਗਾ, ਤੇ ਉਹ ਮੁੰਡੇ ਦਾ ਵੀ ਲੱਗ ਗਿਆ ਵੀਜ਼ਾ 3 ਦਿਨ ਮਗਰੋਂ ਹੀ। ਦੇਖੋ ਅਗਰ ਉਹ ਸਾਊਥ ਇੰਡੀਅਨ ਹੁੰਦੀ ਫਿਰ ਨਹੀਂ ਲਾਉਣਾ ਸੀ ਵੀਜ਼ਾ। ਆਹੋ ਸਰ, ਉਹਨੇ ਮੇਰਾ ਵੀ ਨਹੀਂ ਲਾਉਣਾ ਮੇਰੇ ਹਿਸਾਬ ਨਾਲ, ਜਿਹੋ ਜਿਹੀਆਂ ਗੱਲਾਂ ਸੁਣੀਆਂ ਉੱਥੇ। ਕਈ ਵਾਰ ਆਪਾਂ ਗੱਲ ਕਰਦੇ ਹਾਂ ਤੇ ਦਾਣਾ ਪਾਣੀ ਦਾ ਖੇਡ ਹੈ ਸਾਰਾ, ਜਿਹੜੀ ਕਿਸਮਤ ਦਾ ਖੇਡ ਹੈ, ਬਾਕੀ ਤਿਆਰੀ ਤੁਸੀਂ ਕਰ ਲਓ ਆਪਣੀ ਜਿੰਨੀ ਮਰਜ਼ੀ, ਲੇਕਿਨ ਸਾਹਮਣੇ ਵਾਲਾ ਜਿਹੜਾ ਅਫਸਰ ਕੌਣ ਹੈ ਉਹ ਤੇ ਹੀ, ਆਈ ਹੋਪ ਨਾਟ, ਪਰ ਬਾਕੀ ਉਹਨਾਂ ਦਾ ਜਿਹੜਾ ਐਟੀਟਿਊਡ ਹੈ, ਮੂਡ ਹੈ, ਜੋ ਵੀ ਉਹਨਾਂ ਦੇ ਕੁਐਸਚਨ ਹੈ, ਉਹ ਤੇ ਜ਼ਿਆਦਾ ਡਿਪੈਂਡ ਕਰਦਾ। ਕਿਉਂਕਿ ਅਗਰ ਵੀਜ਼ਾ ਤੇ 3 ਦਿਨ ਬਾਅਦ ਹੀ ਮੈਰਿਜ ਹੋਈ ਹੈ, ਤੇ ਫਿਰ ਮੇਰੇ ਖਿਆਲ ਹੈ ਕਿ ਅਨਲੈਸ ਵੀ ਡੋਂਟ ਨੋ ਕਿ ਵੀ ਉਸ ਤੋਂ ਪਹਿਲਾਂ ਉਹਨਾਂ ਦਾ ਰਿਲੇਸ਼ਨਸ਼ਿਪ ਕਿੰਨਾ ਪੁਰਾਣਾ ਸੀ, ਇਹ ਨਹੀਂ ਪਤਾ ਸਾਨੂੰ। ਮੈਰਿਜ ਹੋਣਾ ਕੁਛ ਹੋਰ ਚੀਜ਼ ਹੈ, ਹੋ ਸਕਦਾ ਕਿ ਪਿਛਲੇ 2-3 ਸਾਲ ਤੋਂ ਜਾਂ ਹੋਰ ਲੰਬੇ ਟਾਈਮ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਸੀ, ਇੰਗੇਜਮੈਂਟ ਵਾਲਾ ਕੋਈ ਉਹੀ ਹੋਏਗੀ ਸ਼ਾਇਦ, ਸੋ ਪਤਾ ਨਹੀਂ। ਲੇਕਿਨ ਅਗਰ ਫਰੈਸ਼ ਮੈਰਿਜ ਹੈ ਜਿਹਦੇ ਵਿੱਚ ਕੋਈ ਪੁਰਾਣੀ ਕੋਈ ਜਾਣ ਪਛਾਣ ਨਹੀਂ, ਕੋਈ ਅਰੇਂਜਮੈਂਟ ਨਹੀਂ, ਇਮੀਡੀਏਟਲੀ ਮੈਰਿਜ ਹੈ ਤੇ ਸ਼ੱਕ ਪੈਦਾ ਕਰਦਾ ਤੇ ਵੀਜ਼ਾ ਇੰਨੀ ਛੇਤੀ ਮਿਲਦਾ ਨਹੀਂ, ਪਰ ਯੂ ਨੈਵਰ ਨੋ। ਸਰ ਉਹ ਮੁੰਡਾ ਦੱਸ ਰਿਹਾ ਸੀ, ਮੈਂ ਵੀ ਇਹੀ ਸੋਚਿਆ ਸੀਗਾ ਕਿ ਮੁਸ਼ਕਲ ਹੈ ਕੰਮ, ਪਰ ਮੈਂ ਉਹਨੂੰ ਕਿਹਾ ਨੀ ਵੀ ਤੇਰਾ ਔਖਾ ਵਾ, ਪਰ ਫਿਰ ਮੈਂ ਕਿਹਾ ਚਲੋ ਕੋਈ ਗੱਲ ਨੀ, ਮੈਂ ਜਾ ਵਧੀਆ ਜਵਾਬ ਦੇ ਕੀ ਹੋਊਗੀ ਜੋ ਹੋਊ। ਇਹ ਚੀਜ਼ ਜਿਹੜਾ ਤੁਸੀਂ ਕਿਹਾ ਨਾ ਕਿ ਭਈ ਤੁਹਾਡੇ ਜਿਹੜੇ ਇੰਟਰਵਿਊ ਟਾਈਮ ਤੇ 10-12 ਵੇਟ ਕਰਦੇ ਸੀ ਨਾ, ਵੇਖ ਜਿਹੜੇ ਜਿਹਨਾਂ ਦਾ ਇੰਟਰਵਿਊ ਹੋਣਾ ਸੀ, ਅੱਜ ਤੋਂ 2 ਸਾਲ ਪਹਿਲਾਂ ਕਿਸੇ ਦਾ ਵੀ ਇੰਟਰਵਿਊ ਆਉਂਦਾ ਸੀ, ਇੱਕ ਦੋ ਕਰਕੇ ਆਉਂਦੇ ਸੀ ਇੰਟਰਵਿਊ ਲਈ। ਅੱਜ ਕੱਲ੍ਹ ਦੇਖੋ ਤੁਸੀਂ ਕਿਹਾ 10-12 ਵੇਟ ਕਰਦੇ, ਤੇ ਉਹਨਾਂ ਦਾ ਮੇਰੇ ਖਿਆਲ ਹੈ ਕਿ ਲਾਈਨ ਬਾਈ ਲਾਈਨ ਮਤਲਬ ਇੰਟਰਵਿਊ ਚੱਲੀ ਜਾ ਰਹੇ, ਹਰ ਇੱਕ ਨੂੰ ਇੰਟਰਵਿਊ ਲਈ ਬੁਲਾ ਰਹੇ ਹੋ, ਸੋ ਇਟ ਇਜ਼ ਕੁਆਈਟ ਡੇਂਜਰਸ। ਹਾਂਜੀ ਸਰ, ਬਹੁਤ ਸੀਗੀ ਉੱਥੇ 12-13 ਹੀ ਐਪਲੀਕੈਂਟ, ਤੇ ਬਾਕੀ ਨਾਈ ਕੇਅਰ ਵਾਲੇ ਵੀ ਹੈਗੇ ਸੀ। ਸਾਰੇ ਬਹੁਤੇ ਪੰਜਾਬ ਤੋਂ ਸੀ ਜਾਂ ਕੋਈ ਸਾਊਥ ਇੰਡੀਆ ਤੋਂ, ਬੰਬੇ, ਗੁਜਰਾਤ ਤੋਂ ਵੀ? ਸਾਰੇ ਪੰਜਾਬੀ ਸੀ ਸਰ, ਸਾਰੇ ਪੰਜਾਬੀ। ਉਹ ਮੈਂ ਤੇ ਮੈਨੂੰ ਲੱਗਦਾ ਕੈਨੇਡਾ ਨੇ ਪੂਰਾ ਪੰਜਾਬ ਖਾਲੀ ਕਰਵਾ ਦੇਣਾ। ਹਾਂਜੀ ਸਰ, ਸਾਰੇ ਪੰਜਾਬੀ ਸੀਗੇ, ਸਾਰੇ ਦੇ ਬਾਹਰ ਨੂੰ। ਤੇ ਹੋਏਗਾ ਕੀ ਇੱਧਰ, ਆਵਾਜ਼ ਆ ਰਹੀ ਕੱਟ ਰਹੀ ਹੈ ਜੋਨ, ਆਵਾਜ਼ ਆ ਰਹੀ? ਆ ਰਹੀ ਸਰ। ਜੇ ਜਿਹੜੇ ਜੇ ਇਸ ਸਪੀਡ ਤੋਂ ਇਹ ਸਾਰੇ ਪੰਜਾਬੀ ਜਿਹੜੇ ਗੱਭਰੂ ਬਾਹਰ ਜਾ ਰਹੇ ਹੈ,
ਕੀ ਬਣੂਗਾ ਪੰਜਾਬ ਦਾ, ਇਹ ਤੇ ਫਿਰ ਬੜੀ ਚਿੰਤਾ ਦੀ ਚਿੰਤਾ ਦਾ ਵਿਸ਼ਾ। ਪਰ ਐਨੀਵੇ ਚਲੋ, ਇਸ ਵਕਤ ਇਸ ਵਕਤ ਆਈ ਕੰਗ੍ਰੈਚੁਲੇਟ ਯੂ, ਤੁਹਾਨੂੰ ਮੈਂ ਵਧਾਈ ਦੇ ਰਿਹਾ। ਆਪਣੀ ਵਾਈਫ ਨੂੰ ਦੱਸ ਦੱਸਦਾ? ਹਾਂਜੀ ਸਰ, ਹਾਂਜੀ ਖੁਸ਼ ਆ? ਹਾਂਜੀ ਸਰ, ਹਾਂਜੀ। ਅੱਛਾ ਅੱਛਾ ਅੱਛਾ, ਚਲੋ ਕੋਈ ਗੱਲ ਨਹੀਂ, ਤਿਆਰੀ ਕਰੋ ਤੇ ਵਧੀਆ ਮੌਸਮ ਤੇ ਜਾ। ਮੌਸਮ ਵੀ ਵਧੀਆ ਇਸ ਵਕਤ, ਜਾ ਰਹੇ ਹੋ ਵਧੀਆ ਮੌਸਮ ਜਾ ਰਹੇ ਹੋ, ਬਰੈਂਪਟਨ ਟੋਰਾਂਟੋ ਜਾਓਗੇ, ਐਂਡ ਆਈ ਥਿੰਕ ਯੂ ਵਿਲ ਲਾਈਕ ਇਟ, ਯੂ ਨੋ ਯੂ ਵਿਲ ਇੰਜੋਏ। ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ, ਤੇ ਜ਼ਰੂਰ ਹੋਰ ਵੀ ਤੁਹਾਡੇ ਜਿਹੜੀ ਗੱਲਬਾਤ ਸੁਣ ਕੇ ਹੋਰ ਵੀ ਬਹੁਤਾ ਲੋਕਾਂ ਨੂੰ ਫਾਇਦਾ ਹੋਏਗਾ, ਕਿਉਂਕਿ ਇੰਟਰਵਿਊ ਤੁਹਾਡਾ 10 ਸਾਲਾਂ ਦੀ ਆ ਰਹੀ ਹੈ ਅੱਜ ਕੱਲ੍ਹ। ਠੀਕ ਹੈ ਸਰ, ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਜੋਮਨ, ਥੈਂਕ ਯੂ, ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ, ਥੈਂਕ ਯੂ।